ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਇੱਕ ਚਿੱਠੀ ਰਾਹੀਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਪਿਛਲੇ ਦਿਨੀ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਗੁਰੂ ਘਰ ਦੇ ਬਾਰੇ ਬਿਆਨ ਦਿੱਤਾ ਸੀ ਗੁਰੂ ਦੀਆਂ ਗੋਲਕਾਂ ਦੇ ਬਾਰੇ ਬਿਆਨ ਦਿੱਤਾ ਸੀ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਸਾਰੇ ਮੈਂਬਰ ਸਾਹਿਬਾਨਾਂ ਦੇ ਬਾਰੇ ਬਿਆਨ ਦਿੱਤਾ ਸੀ ਔਰ ਇਸ ਬਿਆਨ ਦੀ ਅੱਜ ਅਸੀਂ ਕਾੜੀ ਸਭ ਤੋਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਸਖਤ ਨਿੰਦਾ ਕਰਦੇ ਹੈਗੇ ਆ ਔਰ ਬਿਆਨ ਦੇ ਅਸੀਂ ਮੰਗ ਪੱਤਰ ਦੇ ਰਾਹੀਂ ਇਹ ਮੰਗ ਕੀਤੀ ਹੈ ਕਿ ਇਹ ਜਿਹੜਾ ਮੁੱਖ ਮੰਤਰੀ ਹੈ ਛੇਤੀ ਤੋਂ ਛੇਤੀ ਆਪਣਾੜਾ ਬਿਆਨ ਵਾਪਸ ਲਵੇ ਔਰ ਲੋਕ ਸਿੱਖ ਸੰਗਤ ਦੇ ਕੋਲੋਂ ਮਾਫੀ ਮੰਗੇ ਔਰ ਮਾਫੀ ਜੇ ਨਹੀਂ ਮੰਗਦਾ ਹੈਗਾ ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਪਿੱਛੇ ਨਹੀਂ ਹਟੇਗੀ ਮੈਂ ਇਹ ਗੱਲ ਜ਼ਰੂਰ ਕਹਿ ਰਹੀ ਜਾਂ ਕਹਿ ਦੇਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਾਡੇ ਵੱਡੇ ਪੁਰਖਾਂ ਨੇ ਵੱਡੇ-ਵੱਡੇ ਰਿਆਂ ਨੇ ਬਹੁਤ ਕੁਰਬਾਨੀਆਂ ਕਰਕੇ ਹੋਣ ਦੇ ਵਿੱਚ ਲਿਆਂਦੀ ਆ ਔਰ ਬਹੁਤ ਹੀ ਇਸ ਸੰਸਥਾ ਨੂੰ ਲਿਆਉਣ ਦੇ ਵਿੱਚ ਬਲੂਡ ਡੁੱਲਿਆ ਹੈਗਾ ਤਾਂ ਕਿ ਤੇ ਜਾ ਕਰਕੇ ਇਹ ਸੰਸਥਾ ਬਣੀ ਹੈ ਔਰ ਜਿਹੜੇ ਸਾਰੇ ਸਾਰੇ ਮੈਂਬਰ ਬੰਦੇ ਨੇ ਇਹ ਸਿੱਖ ਸੰਗਤਾਂ ਵੱਲੋਂ ਚੁਣੇ ਹੋਏ ਮੈਂਬਰ ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣ ਕੇ ਅੱਗੇ ਆਉਂਦੇ ਨੇ ਇਹ ਜਿਹੜੇ ਸਿੱਖ ਸੰਗਤ ਦੀ ਸੇਵਾ ਕਰਦੇ ਆ ਔਰ ਜਦੋਂ-ਜਦੋਂ ਵੀ ਕੋਈ ਸਰਕਾਰਾਂ ਜੜੀਆਂ ਹੈਗੀਆਂ ਨੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਨਾਲ ਮੱਥਾ ਲਾਉਂਦੀ ਕੋਸ਼ਿਸ਼ ਕੀਤੀ ਆ ਪਿਛਲੀਆਂ ਸਰਕਾਰਾਂ ਨੇ ਵੀ ਕਈਆਂ ਨੇ ਇਹ ਉਪਰਾਲਾ ਕੀਤਾ ਸੀ ਲੇਕਿਨ ਲੋਕਾਂ ਨੇ ਉਹਨਾਂ ਨੂੰ ਮੂੰਹ ਦੀ ਖਵਾਈ ਹੈ ਔਰ ਹਰ ਵੇਰੀ ਜਿਹੜੀ ਹੈਗੀ ਆ ਉਹ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਜੀਵਨ ਵਾਲੇ ਸਿੱਖਾਂ ਨੂੰ ਚੜ੍ਹਦੀ ਕਲਾ ਵਾਲੇ ਸਿੱਖਾਂ ਨੂੰ ਔਰ ਗੁਰੂ ਘਰ ਦੇ ਜਿਹੜੇ ਅਨੰਦ ਸੇਵ ਕਿ ਨਿਮਰਤਾ ਨਾਲ ਸੇਵਾ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਸੇਵਾ ਦਿੱਤੀ ਜਾਂਦੀ ਹੈ ਔਰ ਸਿੱਖ ਸੰਗਤ ਉਹਨਾਂ ਨੂੰ ਸਹਿਰਾ ਦਿੰਦੀ ਹੈ ਹੁਣ ਵੀ ਜਿਹੜਾ ਮ ਤੇ ਇਹਨਾਂ ਨੂੰ ਕੀ ਹੱਕ ਹੈਗਾ ਕਿ ਸ਼ਰੋਣੀ ਕਮੇਟੀ ਮੈਂਬਰਾਂ ਦੇ ਉੱਤੇ ਇਹ ਗੱਲ ਕਹਿ ਦੇਣੀ ਕਿਉਂਕਿ ਸ਼ਰੋਣੀ ਕਮੇਟੀ ਦੇ ਮੈਂਬਰ ਨਾ ਕੋਈ ਤਨਖਾਹ ਲੈਂਦੇ ਆ ਨਾ ਕੋਈ ਇੱਥੋਂ ਸੇਵਾ ਲੈਂਦੇ ਆ ਆਪਣੀਆਂ ਗੱਡੀਆਂ ਨੇ ਮੈਂ ਆਪਣੀ ਗੱਡੀ ਦੇ ਵਿੱਚ ਬੈਠਾ ਮੇਰੀ ਆਪਣੀ ਗੱਡੀ ਹੈਗੀ ਆ ਮੇਰਾ ਆਪਣਾ ਤੇਲ ਹੁੰਦਾ ਸਾਰੇ ਮੈਂਬਰ ਸਤਕਾਰਯੋਗਾਂ ਦਾ ਆਪਣਾ ਤੇਲ ਹੁੰਦਾ ਔਰ ਸਾਰੇ ਜਿਹੜੀ ਹੈ ਗੁਰੂ ਘਰ ਦੀ ਸੇਵਾ ਕਰਦੇ ਨੇ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਲੇਕਿਨ ਭਗਵੰਤ ਮਾਨ ਨੂੰ ਇਹ ਗੱਲ ਅਸੀਂ ਕਹਿਣੀ ਚਾਹੁੰਦੇ ਆ ਕਿ ਤੇਰੇ ਕਿ ਆਕਾਮਾਂ ਦੇ ਆਖੇ ਢੋਲ ਨਹੀਂ ਪਾਟਨੇ ਗੁਰੂ ਘਰ ਦੀ ਜਿਹੜੀ ਮਰਜ਼ ਗੁਰੂ ਕਾਲ ਤੋਂ ਲੈ ਕਰਕੇ ਗੁਰੂ ਦੀਆਂ ਗੋਲ ਕੰਨੀ ਚੱਲੀ ਆਉਂਦੀ ਹੈ ਦਸਵੰਦ ਦੀ ਸੇਵਾ ਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਚਲਾਈ ਹੈ ਸਿੱਖ ਸੰਗਤਾਂ ਜਿਹੜੀਆਂ ਸੀ ਉਹ ਦਸਵੰਦ ਦੇ ਨਾਲ ਗੁਰੂ ਸਾਹਿਬ ਆਪਣਾ ਦਸਵੰਦ ਕੱਢ ਕੇ ਔਰ ਗੁਰੂ ਸਾਹਿਬ ਚੇ ਪਾਤਸ਼ਾਹ ਚਰਨਾਂ ਵਿੱਚ ਪੇਟਾ ਕਰਕੇ ਆਉਂਦੀਆਂ ਸੀ ਔਰ ਉਸੇ ਸੇਵਾਮੰਦ ਨਾਲ ਉਸੇ ਪੇਟਾਵਾਂ ਦੇ ਨਾਲ ਗੁਰੂ ਘਰ ਦੇ ਸਾਰੇ ਜਿਹੜੇ ਕਾਰਜ ਸੀ ਉਹ ਹੋਇਆ ਕਰਦੇ ਸੀ ਹੁਣ ਵੀ ਜਿਹੜੇ ਕਾਰਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਂਦੇ ਆ ਉਹ ਸਾਏ ਹਸਪਤਾਲ ਨੇ ਚਾਹੇ ਵੱਡੇ ਚਾਹੇ ਛੋਟੇ ਚਾਹੇ ਵੱਡੇ ਹਸਪਤਾਲ ਨੇ ਚਾਹੇ ਹ ਹਸਪਤਾਲ ਨੇ ਜਾਂ ਵੱਡੇ ਵੱਡੇ ਕਾਲਜ ਨੇ ਚਾਹੇ ਹੋਰ ਸਕੂਲ ਚੱਲ ਰਹੇ ਨੇ ਇਹ ਅਸੀਂ ਸੁਵੰਧ ਦੇ ਨਾਲ ਚੱਲਦੇ ਹੈਗੇ ਆ ਔਰ ਜਿੰਨੀਆਂ ਸਿਵਾਵਾਂ ਲੰਗਰ ਚੱਲਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਸੰਸਾਰ ਦੇ ਵਿੱਚ ਮਨੁੱਖਤਾ ਦੀ ਸੇਵਾ ਕਰਕੇ ਇੱਕ ਸੇਵਾ ਹੋਣ ਦਾ ਮਾਨ ਹਾਸਲ ਕੀਤਾ ਔਰ ਜਿਸ ਸੰਸਥਾ ਨੇ ਸੇਵਾ ਮਨੁੱਖਤਾ ਦੀ ਸੇਵਾ ਦਾ ਮਾਨ ਹਾਸਲ ਕੀਤਾ ਹੋਵੇ ਉਸ ਸੰਸਥਾ ਦੇ ਬਾਰੇ ਇਸ ਮੁੱਖ ਮੰਤਰੀ ਵੱਲੋਂ ਅਜਿਹੇ ਘਟਿਆ ਬਿਆਨ ਦੇਣਾ ਇਹ ਨਫ਼ਰਤ ਭਰਿਆ ਬਿਆਨ ਦੇਣਾ ਮੈਂ ਸਮਝਦਾ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਇਹ ਸਮਝਦਾ ਕਿ ਸਭ ਤੋਂ ਨਕਮਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਮੈਂ ਅੱਜ ਇਹ ਖੱਤ ਜੋੜ ਕੇ ਬੇਨਤੀ ਕਰੂੰਗਾ ਇਹਨਾਂ ਦੇ ਪਰਿਵਾਰ ਸਤਕਾਰਯੋਗ ਮਾਤਾ ਜੀ ਨੂੰ ਜਿਹੜੇ ਇਹਨਾਂ ਦੇ ਮਾਤਾ ਜੀ ਨੇ ਮੈਂ ਅਜੇ ਵੀ ਉਹਨਾਂ ਨੂੰ ਇਹ ਕਹਿਣਾ ਚਾਹਣਾ ਹੈ ਕਿ ਆਪਣੇ ਪੁੱਤਰ ਨੂੰ ਸਮਝਾਓ ਇਹ ਗੁਰੂ ਰਾਮਦਾਸ ਦੇ ਦਰਬਾਰ ਦੇ ਨਾਲ ਮੱਥਾ ਲਾਉਣ ਤੁਰ ਪਿਆ ਹੈਗਾ ਪਹਿਲੀਆਂ ਸਰਕਾਰਾਂ ਨੇ ਵੀ ਜਿੱਥੇ ਵੀ ਗੁਰੂ ਸਾਹਿਬ ਦੇ ਗੁਰੂ ਦਰਬਾਰ ਦੇ ਨਾਲ ਮੱਥਾ ਲਾਇਆ ਚਾਹੇ ਉਹ ਇੰਦਰਾ ਗਾਂਧੀ ਸੀ ਚਾਹੇ ਕੋਈ ਹੋਰ ਸਰਕਾਰ ਆਈ ਹੈ ਜਿਨ ਨੇ ਵੀ ਮੱਥਾ ਲਾਇਆ ਉਸ ਦਾ ਪਿੱਛੇ ਕੁਝ ਨਹੀਂ ਰਿਹਾ ਹੈਗਾ ਤੋਂ ਮੈਂ ਅੱਜ ਵੀ ਇਹ ਬੇਨਤੀ ਮਾਤਾ ਜੀ ਨੂੰ ਕਹੂੰਗਾ ਕਿ ਆਪਣੇ ਇਹਨੂੰ ਇਸ ਨਕਮੇ ਪੁੱ ਹਰੇਕਾ ਇਹ ਗੁਰੂ ਘਰ ਦੇ ਨਾਲ ਮੱਥਾ ਲਾਉਣ ਦੀ ਬਜਾਏ ਜਿਹੜਾ ਲੋਕਾਂ ਨੇ ਇਹਨੂੰ ਸੇਵਾ ਦਿੱਤੀ ਹੈ ਪੰਜਾਬ ਦੇ ਲੋਕ ਐਸ ਵੇਲੇ ਸੜਕਾਂ ਦੇ ਉੱਤੇ ਨੇ ਕਿਸਾਨ ਸੜਕਾਂ ਤੇ ਨੇ ਮਲਾਜ਼ਮ ਸੜਕਾਂ ਤੇ ਨੇ ਟੀਚਰ ਸੜਕਾਂ ਤੇ ਨੇ ਔਰ ਹਰ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਵਿਚਾਰੇ ਆਪਣੀਆਂ ਮੰਗਾਂ ਦੀ ਖਾਤਰ ਉਹ ਵਿਚਾਰੇ ਠੰਡ ਠੰਡ ਦੇ ਵਿੱਚ ਬਾਹਰ ਬੈਠੇ ਹੋਏ ਨੇ ਲਤੀਫਪੁਰ ਵਾਲੇ ਪਿੰਡ ਦੇ ਵਿੱਚ ਸਾਰਾ ਪਿੰ ਲੋਕਾਂ ਨੂੰ ਉਜਾੜ ਕੇ ਉਹਨਾਂ ਨੂੰ ਸੜਕਾਂ 'ਤੇ ਬਿਠਾ ਦਿੱਤਾ ਗਿਆ ਸਰਕਾਰ ਚਲਾਉਣ ਵਾਲੇ ਪਾਸੇ ਇਸ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ ਹੈ ਕੋਈ ਨਾ ਇਹਨੂੰ ਇੱਕ ਨਕਮਾ ਮੁੱਖ ਮੰਤਰੀ ਹੋਣ ਦੇ ਨਾਤੇ ਕੋਈ ਤਜਰਬਾ ਨਹੀਂ ਹੈ ਇਹ ਜਿਹੇ ਕੈਬਨਟ ਵਜ਼ੀਰ ਨੇ ਮੈਨੂੰ ਕੱਲ ਪਤਾ ਲੱਗਾ ਕਿ ਇਹ ਜਿਹੜਾ ਅਮਨ ਅਰੋੜਾ ਉਹਨੇ ਵੀ ਕੋਈ ਅਜੀਹਾ ਬਿਆਨ ਦਿੱਤਾ ਹੈਗਾ ਮੈਂ ਸਮਝਦਾ ਇਹਨਾਂ ਲੋਕਾਂ ਦੀ ਮਤ ਮਾਰੀ ਗਈ ਹੈ ਜਿਹੜੀ ਗੁਰੂ ਰਾਮਦਾਸ ਜੀ ਪਾਸੇ ਦਰਬਾਰ ਦੇ ਬਾਰੇ ਅਜਿਹੋ ਜਿਹੀਆਂ ਊਲ ਜਲੂਲ ਗੱਲਾਂ ਕਰਕੇ ਲੋਕਾਂ ਦੀ ਇੱਕ ਕਰੋਪੀ ਦਾ ਇਹ ਸਹੇੜ ਰਹੇ ਨੇ ਸੋ ਮੈਂ ਅਜੇ ਵੀ ਇਹ ਗੱਲ ਕਹਿਣੀ ਚਾਹਣਾ ਕਿ ਸਮਾਂ ਰਹਿੰਦੇ ਹੋਏ ਇਹ ਜਿਹੜਾ ਹੈਗਾ ਮੁੱਖ ਮੰਤਰੀ ਇਹ ਆਪਣਾ ਬਿਆਨ ਵਾਪਸ ਲਵੇ ਔਰ ਲੋਕਾਂ ਦੇ ਸਿੱਖ ਸੰਗਤ ਕੋਲੋਂ ਮਾਫੀ ਮੰਗੇ ਤੇ ਮਾਫੀ ਮੰਗ ਕੇ ਸਿੱਖ ਸੰਗਤਾਂ ਦੇ ਕੋਲੋਂ ਇਹ ਆਪਣੀ ਜਿਹੜੀ ਹੈ ਮਾਫੀ ਬਿਆਨ ਵਾਪਸ ਲੈ ਨਹੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਵਿੱਚ ਵਾਸਤੇ ਵੀ ਪਿੱਛੇ ਨਹੀਂ ਹਟੂਗੀ ਔਰ ਅਸੀਂ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ